ਇਹ ਇੰਡੀਆ ਨੇ ਜਿਹੜਾ ਬੰਦ ਕੀਤਾ ਉਹ ਵੀਜ਼ਾ ਦੇਣਾ ਬੰਦ ਕੀਤਾ ਹੈ ਵੀਜ਼ਾ ਦੇਣਾ ਕਿਹਨੂੰ ਬੰਦ ਕੀਤਾ ਕੈਨੇਡੀਅਨ ਸਿਟੀਜ਼ਨ ਨੂੰ ਬੰਦ ਕੀਤਾ ਸੋ ਜਿਹੜੇ ਵੀਜ਼ੇ ਵਾਲੀ ਕੈਟਾਗਰੀ ਚ ਆਉਂਦੇ ਨੇ ਉਹ ਬਹੁਤ ਘੱਟ ਗਿਣਤੀ ਹੈ ਲੋਕਾਂ ਬਹੁਤ ਘੱਟ ਔਰ ਉਹ ਘੱਟ ਗਿਣਤੀ ਹੀ ਸ਼ਾਇਦ ਅਫੈਕਟ ਹੋਵੇ ਕਿਸੇ ਨੇ ਅੱਜ ਤੋਂ 20 ਦਿਨ ਪਹਿਲਾਂ 10 ਦਿਨ ਪਹਿਲਾਂ 6 ਮਹੀਨੇ ਪਹਿਲਾਂ ਵੀ ਸਿਟੀਜ਼ਨਸ਼ਿਪ ਲੈ ਲਈ ਪਰ OCI ਕਾਰਡ ਨਹੀਂ ਬਣਾਇਆ ਤਾਂ ਉਹ ਪ੍ਰੈਜ਼ੈਂਟਲੀ ਟ੍ਰੈਵਲ ਨਹੀਂ ਕਰ ਸਕੇਗਾ ਇੰਡੀਆ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਵੈ ਇੰਡੀਆ ਨੇ ਅੱਜ ਜਿਹੜਾ ਹੈ ਕਿ ਕੁਝ ਸਮੇਂ ਵਾਸਤੇ ਜਿਹੜੇ ਨੇ ਕਿ ਕੈਨੇਡਾ ਦੇ ਜਿਹੜੇ ਕਿ ਵੀਜ਼ਾਸ ਨੂੰ ਸਸਪੈਂਡ ਕੀਤਾ ਹੈ ਮੌਜੂਦਾ ਸਮੇਂ ਕੀ ਹਾਲਾਤ ਨੇ ਕੀ ਅਸਰ ਉਹਦਾ ਜਿਹੜਾ ਹੈ ਕਿ ਆਂ ਜਾਣ ਵਾਲੇ ਲੋਕਾਂ ਦੇ ਉੱਤੇ ਪਏਗਾ ਇਸ ਲਈ ਜਿਹੜੇ ਨੇ ਕਿ ਮਾਹਿਰ ਸਾਡੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਹੋਰੀ ਗੱਲਬਾਤ ਕਰਾਂਗੇ ਅੱਜ ਜੋ ਬਿਆਨ ਆਇਆ ਹੈ ਤੁਸੀਂ ਲੰਮੇ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਹੋ ਇਮੀਗ੍ਰੇਸ਼ਨ ਦਾ ਉਹਦੇ ਨਾਲ ਕੀ ਲੋਕਾਂ ਤੇ ਅਸਰ ਪੈਂਦਾ ਦਿਖਾਈ ਦੇ ਰਿਹਾ ਤੇ ਲੋਕਾਂ 'ਚ ਕਿਸ ਤਰੀਕੇ ਦਾ ਡਰ ਦਾ ਮਾਹੌਲ ਹੈ ਦੇਖੋ ਇਹਦੇ 'ਚ ਥੋੜੇ ਜਿਹਾ ਟੈਕਨੀਕਲੀ ਕਿਸੇ ਵੀ ਖਬਰ ਨੂੰ ਸਮਝਣ ਦੀ ਲੋੜ ਹੁੰਦੀ ਹੈ ਕਿਉਂਕਿ ਅਸੀਂ ਐਸੇ ਟ੍ਰੇਡ 'ਚ ਆਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਕਹਿ ਦਿੰਦਾ ਕਿ 95% ਲੋਕਾਂ ਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਕਿਉਂ ਨਹੀਂ ਪੈਂਦਾ ਕਿਉਂਕਿ ਇੰਡੀਆ ਨੇ ਜਿਹੜਾ ਬੰਦ ਕੀਤਾ ਉਹ ਵੀਜ਼ਾ ਦੇਣਾ ਬੰਦ ਕੀਤਾ ਹੈ ਵੀਜ਼ਾ ਦੇਣਾ ਕਿਹਨੂੰ ਬੰਦ ਕੀਤਾ ਕੈਨੇਡੀਅਨ ਸਿਟੀਜ਼ਨ ਨੂੰ ਬੰਦ ਕੀਤਾ ਸੋ ਜਿਹੜੇ ਆਪਣੇ ਸਟੂਡੈਂਟ ਨੇ ਉਹ ਕੈਨੇਡੀਅਨ ਸਿਟੀਜ਼ਨ ਨਹੀਂ ਗਏ ਉੱਥੇ ਜਿਹੜੇ ਸਟੂਡੈਂਟ ਉੱਥੇ ਵਰਕ ਪਰਮਿਟਸ ਤੇ ਨੇ ਉਹ ਵੀ ਹੈ ਜੇ ਕੈਨੇਡੀਅਨ ਸਿਟੀਜ਼ਨ ਨਹੀਂ ਹੈ ਜਿਹੜੇ ਸਟੂਡੈਂਟ ਇੱਥੋਂ ਡਾਇਰੈਕਟ ਪੀਆਰ ਤੇ ਗਏ ਨੇ ਜਿਹੜੇ ਨੌਜਵਾਨ ਉਹ ਵੀ ਹੈ ਜੇ ਕੈਨੇਡੀਅਨ ਜਿਹੜੇ ਸਿਟੀਜ਼ਨ ਨਹੀਂਗੇ ਤਾਂ ਉਹਨਾਂ ਨੂੰ ਤਾਂ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈ ਕਿਉਂਕਿ ਉਹ ਇੰਡੀਅਨ ਪਾਸਪੋਰਟ ਹੋਲਡਰ ਨੇ ਉਹ ਜਦੋਂ ਮਰਜ਼ੀ ਆਪਣੇ ਦੇਸ਼ ਆ ਸਕਦੇ ਨੇ ਹੁਣ ਦੂਜੇ ਪਾਸੇ ਆਪਾਂ ਗੱਲ ਕਰ ਲਈ ਕਿ ਜਿਹੜੇ ਸਿਟੀਜ਼ਨ ਨੇ ਹੁਣ ਜਿਹੜੇ ਸਿਟੀਜ਼ਨ ਹੋ ਜਾਂਦੇ ਆ ਉਹਨਾਂ ਦੇ ਵਿੱਚੋਂ ਵੀ 90% ਲੋਕਾਂ ਦੇ ਕੋਲ ਓਸੀਆਈ ਹੁੰਦਾ ਹੈ ਠੀਕ ਹੈ ਨੀ ਇੰਡੀਆ ਇੱਕ ਓਵਰਸ ਓਵਰਸੀਜ਼ ਕਾਰਡ ਦਿੰ ਜਿਹਦੇ ওভারਸੀਜ਼ ਵਾਲੇ ਜਿਹੜੇ ਲੋਕ ਨੇ ਜਿਹੜੇ ਪਰਮਨੈਂਟ ਨੇ ਉਹਨਾਂ ਕੰਟਰੀਆਂ ਦੇ ਜਿਹੜੇ ਸਿਟੀਜ਼ਨਸ਼ਿਪ ਲੈ ਚੁੱਕੇ ਆ ਉਹਨਾਂ ਨੂੰ ਇੱਕ OCI ਕਾਰਡ ਮਿਲ ਜਾਂਦਾ ਜਿਹਦੇ ਨਾਲ ਉਹ ساری ਉਮਰ ਜਦੋਂ ਮਰਜੀ ਇੰਡੀਆ ਆ ਜਾ ਸਕਦੇ ਨੇ ਉਹਨਾਂ ਨੂੰ ਵੀਜ਼ੇ ਨਹੀਂ ਲੈਣੇ ਪੈਂਦੇ ਸੋ ਜਿਹੜੇ ਵੀਜ਼ੇ ਵਾਲੀ ਕੈਟਾਗਰੀ ਚ ਆਉਂਦੇ ਨੇ ਉਹ ਬਹੁਤ ਘੱਟ ਗਿਣਤੀ ਆ ਲੋਕਾਂ ਦੀ ਬਹੁਤ ਘੱਟ ਔਰ ਉਹ ਘੱਟ ਗਿਣਤੀ ਹੀ ਸ਼ਾਇਦ ਅਫੈਕਟ ਹੋਊਗੀ ਔਰ ਦੂਸਰਾ ਅਫੈਕਟ ਹੋਊਗਾ ਜਿਹੜਾ ਲੋਕਲ ਕੈਨੇਡੀਅਨ ਸਿਟੀਜ਼ਨ ਹੈ ਔਰ ਉਹ ਜਿਹੜਾ ਟਰੈਵਲ ਜਾਂ ਟੂਰਿਜ਼ਮ ਦੇ ਪਰਪਸ ਨਾਲ ਇੱਥੇ ਆਉਂਦਾ ਉਹ ਨਹੀਂ ਆਏਗਾ ਤਾਂ ਕਿੰਨਾ ਕਿਤੇ ਜਿਹੜੀ ਥੋੜੀ-ਬਹੁਤ ਟਰੈਵਲ ਟੂਰਿਜ਼ਮ ਦੀ ਇੰਡਸਟਰੀ ਹੈ ਉਹ ਇਫੈਕਟ ਹੋ ਸਕਦੀ ਹੈ ਉਹਦੇ ਵਿੱਚ ਵੀ ਬਹੁਤ ਵੱਡਾ ਕੋਈ ਪਾਰਟ ਕੈਨੇਡਾ ਦਾ ਨਹੀਂਗਾ ਕਿ ਜਿਹਦੇ ਨਾਲ ਕੋਈ ਇੰਡੀਆ ਦੀ ਇਕਨੋਮੀ ਤੇ ਇਫੈਕਟ ਪੈ ਜੂਗਾ ਜਾਂ ਕੈਨੇਡੀਅਨ ਦੇ ਲਈ ਕੋਈ ਬਹੁਤ ਵੱਡਾ ਮੁਸ਼ਕਲ ਹੋ ਜੂਗੀ ਉਹਨਾਂ ਨੇ ਘੁੰਮਣ ਜਾਣਾ ਉਹ ਕਿਤੇ ਹੋਰ ਘੁੰਮਣ ਚਲੇ ਜਾਣਗੇ ਹੌਲੀਡੇਜ਼ ਦਾ ਡੈਸਟੀਨੇਸ਼ਨ ਹੈ ਬੰਦਾ 2 ਮਹੀਨੇ ਬਾਅਦ ਆ ਜੂਗਾ ਗੱਲ ਆਖੀ ਕਿ ਜਿਨ੍ਹਾਂ ਨੇ ਵੀਜ਼ਾ ਲੈਣਾ ਹੈ ਉਹਨਾਂ ਵਾਸਤੇ ਬਚਾਓ ਗਿਣਤੀ ਘਾਟੀ ਹੋਵੇ 10% ਤੁਸੀਂ ਲੈ ਕੇ ਚੱਲਦੇ ਪਏ ਜਿਹੜਾ ਆਲਟਰਨੇਟ ਕੀ ਹੋ ਸਕਦਾ ਹੈ ਨਹੀਂ ਆਲਟਰਨੇਟਿਵ ਨਹੀਂ ਹੋ ਸਕਦਾ ਜਦੋਂ ਇੱਕ ਕੰਟਰੀ ਬੰਦ ਕਰਦੀ ਹੈ ਤਾਂ ਉਹਦਾ ਆਲਟਰਨੇਟਿਵ ਨਹੀਂ ਹੁੰਦਾ ਮੰਨ ਲਓ ਹੁਣ ਕਿਸੇ ਨੇ ਅੱਜ ਤੋਂ 20 ਦਿਨ ਪਹਿਲਾਂ 10 ਦਿਨ ਪਹਿਲਾਂ 6 ਮਹੀਨੇ ਪਹਿਲਾਂ ਵੀ ਸਿਟੀਜ਼ਨਸ਼ਿਪ ਲੈ ਲਈ ਪਰ ਓਸੀਆਈ ਕਾਰਡ ਨਹੀਂ ਬਣਾਇਆ ਤਾਂ ਉਹ ਪ੍ਰੈਜ਼ੈਂਟਲੀ ਟ੍ਰੈਵਲ ਨਹੀਂ ਕਰ ਸਕੇਗਾ ਠੀਕ ਹੈ ਨਹੀਂ ਉਹਦੇ ਲਈ ਇੱਕ ਮੁਸ਼ਕਲ ਹੈਗੀ ਹੈ ਯੈਸ ਉਹ ਕੁਝ ਕੁਝ 5-7% ਲੋਕਾਂ ਨੂੰ ਦਿੱਕਤ ਹੋਣ ਵਾਲੀ ਹੈ ਬਟ ਇਹ ਕੋਈ ਬਹੁਤ ਵੱਡੇ ਲੋਕਾਂ ਨੂੰ ਇਫੈਕਟ ਨਹੀਂ ਕਰੂਗੀ ਸਮਝਦੇ ਆ ਕਿ ਆਉਣ ਵਾਲੇ ਦਿਨਾਂ ਚ ਇੰਡੀਆ ਚ ਆਪਣੇ ਵਿਆਹਾਂ ਵਗੈਰਾ ਦਾ ਤਿਹਾਰ ਹੁੰਦਾ ਹੈ ਬਹੁਤ ਲੋਕੀ ਟਰੈਵਲ ਕਰਦੇ ਨੇ ਬਹੁਤ ਜ਼ਿਆਦਾ ਇਧਰ ਉਧਰ ਟਰੈਵਲ ਹੁੰਦਾ ਹੈ ਸੋ ਹਾਂ ਜਿਨ੍ਹਾਂ ਕੋ ਓਸੀਆਈ ਕਾਰਡ ਨੇ ਉਹ ਟਰੈਵਲ ਕਰਨਗੇ ਜਿਹੜੇ ਇੰਡੀਅਨ ਪਾਸਪੋਰਟ ਹਜੇ ਉਹਨਾਂ ਦੇ ਕੋਲ ਨੇ ਹਜੇ ਪੀਆਰ ਨੇ ਸਿਟੀਜ਼ਨ ਨਹੀਂ ਹੋਏ ਉਹ ਵੀ ਟਰੈਵਲ ਕਰਨਗੇ ਥੋੜੇ ਜੇ ਲੋਕ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲੈ ਲਈ ਹੋਊਗੀ ਪਰ ਹਜੇ ਓਸੀਆਈ ਕਾਰਡ ਨਹੀਂ ਸੀ ਲਏ ਇਹ ਜਿਹੜੇ ਉਹਨਾਂ ਨੇ ਟੂਰਿਸਟ ਵੀਜ਼ਾ ਲੈ ਕੇ ਟੈਂਪੋਰਰੀ ਟ੍ਰੈਵਲ ਕਰਨਾ ਸੀ ਉਹਨਾਂ ਨੂੰ ਜ਼ਰੂਰ ਇਫੈਕਟ ਕਰ ਸਕਦਾ ਹੈ ਠੀਕ ਹੈ ਧੰਨਵਾਦ ਇਹ ਹਨ ਅਮਰਜੀਤ ਸਿੰਘ ਹੋਰੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਵੀਜ਼ਾ ਕੁਝ ਸਮੇਂ ਲਈ ਜਿਹੜਾ ਕਿ ਬੈਨ ਕੀਤਾ ਗਿਆ ਉਹਦਾ ਕੀ ਅਸਰ ਪਏਗਾ ਉਸੇ ਹੀ ਕਾਰਡ ਬਾਰੇ ਗੱਲ ਆਖੀ ਹੈ ਤੇ ਜੋ ਮੌਜੂਦਾ ਸਮੇਂ ਚ ਐਸਲੇ ਹਾਲਾਤ ਬਣੇ ਨੇ ਉਹਦੇ ਤੇ ਵੀ ਜਾਣਕਾਰੀ ਦਿੱਤੀ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰਮੇਸ ਸਿੰਘ ਪੀਟੀਸੀ ਨਿਊਜ਼ ਜਲੰਧਰ